ਫਗਵਾੜਾ ਦੇ ਸਤਨਾਮਪੁਰਾ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਜਤਿਨ ਸ਼ਰਮਾ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਵਿਆਹ 1.5 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਲੜਕੀ ਕੈਨੇਡਾ ਚਲੀ ਗਈ। ਉੱਥੇ ਜਾ ਕੇ ਉਸਨੇ ਲੜਕੇ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਚੱਲਦਿਆਂ ਲੜਕੇ ਨੇ ਖੁਦਕੁਸ਼ੀ ਕਰ ਲਈ। ਮੇਰਾ ਬੇਟਾ ਇੱਥੇ ਪਰੇਸ਼ਾਨੀ ਦੇ ਵਿੱਚ ਹੀ ਉਹ ਆਤਮ ਹੱਤਿਆ ਕਰ ਲਈ। ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਆਪਣੀ ਨੌ ਦੇ ਲਾਉਂਦੇ ਹੋ? ਮੰਗ ਹੀ ਸਾਡਾ ਸਾਫ਼ ਹੋਣਾ ਚਾਹੀਦਾ। ਸਾਨੂੰ ਮੰਗ ਤਾਂ ਇਹੀ ਹੈ, ਸਾਡੀ ਸਾਫ਼ ਹੋਣਾ ਚਾਹੀਦਾ। ਸਾਡਾ ਬੱਚਾ ਜਵਾਨ ਚ ਲੱਗਿਆ, ਸਾਡੇ ਤੋਂ ਪੈਸੇ ਵੀ ਅਸੀਂ ਖਰਚੇ, ਸਾਰਾ ਕੁਛ ਅਸੀਂ ਕੀਤਾ। ਉੱਥੇ ਹੀ ਇਸ ਸੰਬੰਧੀ ਜਾਣਕਾਰੀ ਦਿੰਦੇ ASI ਜਸਵਿੰਦਰ ਪਾਲ ਨੇ ਦੱਸਿਆ ਕਿ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਮੁੰਡਾ ਸੀ 23 ਸਾਲ ਦਾ, ਜਤਨ ਕੁਮਾਰ, ਪੁੱਤਰ ਹਰੀਸ਼ ਕੁਮਾਰ, ਗਲੋਰੀ ਮਸ਼ੀਨ ਲੱਗ ਕੇ ਘਰੇ ਦਾ। ਅਤੇ 2-4 ਦਿਨਾਂ ਤੋਂ ਉਹਦੇ ਬਾਪ ਨੇ ਬਿਆਨ ਲਿਆ ਕਿ ਪਰੇਸ਼ਾਨ ਸੀਗਾ, ਪਰੇਸ਼ਾਨੀ ਦੇ ਹੱਥ 'ਚ ਇਹਨੇ ਆਪਣੇ ਪਜਾਮੇ ਨਾਲ ਸ਼ਰਟ ਪਾ ਕੇ ਪੱਠੇ ਨਾਲ ਪਾ ਲਿਆ। ਕੀ ਕਾਰਵਾਈ ਕਰ ਰਹੇ? 174 ਸੀ। ਅਤੇ ਕਾਰਨ ਕੀ ਸਰ ਉਹਦਾ? ਕਾਰਨ ਪਰੇਸ਼ਾਨ ਸੀਗੇ, ਉਹਦੇ ਬਾਪ ਕਹਿੰਦਾ ਪਤਾ ਨਹੀਂ, ਸਾਨੂੰ ਦੱਸਿਆ ਨਹੀਂ। ਕੋਈ ਉਹਨਾਂ ਨੇ ਕੋਈ ਇਲਜ਼ਾਮ ਵੀ ਲਗਾਇਆ ਕਿਸੇ ਆਪਣੀ ਨੂੰਹ 'ਤੇ? ਫਿਲਹਾਲ ਵਿਆਹ ਵੀ ਹੋਇਆ ਜਾਂ ਕੁਵਾਰਾ ਜਿਹਾ ਮੁੰਡਾ ਜੀ? ਠੀਕ।